ਪਠਾਨਕੋਟ ਵਿੱਚ ਹਿੰਦੂ ਕੋਆਪਰੇਟਿਵ ਬੈਂਕ ਦਾ ਮਾਮਲਾ ਅੱਜ ਸੁਲਝਿਆ ਨਹੀਂ ਹੈ ਕਿ ਲੋਕਾਂ ਨਾਲ ਪੋਸਟ ਆਫਿਸ ਏਜੰਟ ਵੱਲੋਂ ਧੋਖਾ ਕਰਨ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧ ਵਿੱਚ ਪੀੜਤਾਂ ਨੇ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨਾਲ ਮੁਲਾਕਾਤ ਕੀਤੀ ਅਤੇ ਇਸ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਰਮਨ ਨਾਮ ਦਾ ਇੱਕ ਵਿਅਕਤੀ ਜੋ ਡਾਕਘਰ ਦਾ ਏਜੰਟ ਹੈ, ਉਸਨੇ ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਵਿੱਚ ਪੈਸੇ ਨਿਵੇਸ਼ ਕਰਨ ਦੇ ਨਾਮ 'ਤੇ ਲੋਕਾਂ ਨੂੰ ਧੋਖਾ ਦੇ ਕੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ। ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਮ ਲੋਕਾਂ ਨੂੰ ਇੰਨੀ ਆਸਾਨੀ ਨਾਲ ਇੰਨੀ ਵੱਡੀ ਰਕਮ ਦਾ ਹੇਰਫੇਰ ਨਹੀਂ ਕਰ ਸਕਦਾ ਜਦ ਤੱਕ ਡਾਕਘਰ ਵਿਭਾਗ ਦੇ ਕਰਮਚਾਰੀ ਇਸ ਘੁਟਾਲੇ ਵਿੱਚ ਸ਼ਾਮਲ ਨਹੀਂ ਹੁੰਦੇ। ਪੀੜਤ ਲੋਕਾਂ ਨੇ ਦੱਸਿਆ ਕਿ ਪਹਿਲਾਂ ਉਸਨੇ ਆਪਣਾ ਭਰੋਸਾ ਬਣਾਇਆ ਅਤੇ ਬਾਅਦ ਵਿੱਚ ਸਾਰਿਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ। ਉਹ ਆਰਡੀ ਦੀ ਕਿਸ਼ਤ ਜਮ੍ਹਾਂ ਕਰਵਾਉਣ ਦੇ ਨਾਮ 'ਤੇ ਲੋਕਾਂ ਤੋਂ ਪੈਸੇ ਲੈਂਦਾ ਸੀ ਅਤੇ ਕਿਸ਼ਤ ਜਮ੍ਹਾਂ ਹੀ ਨਹੀਂ ਸੀ ਕਰਵਾਉਂਦਾ। ਜਦੋਂ ਪੀੜਤ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋਈ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਹ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਸਨ। ਪੀੜਤ ਲੋਕਾਂ ਨੇ ਦੱਸਿਆ ਕਿ ਉਹ ਕੁੱਲ ਮਿਲਾ ਕੇ ਕਰੀਬ 4 ਕਰੋੜ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਚੁੱਕਿਆ। ਮੇਰੀਆਂ ਦੋ ਬੇਟੀਆਂ ਹੈਗੀਆਂ, ਤਾਨਿਆ ਮਹਾਜਨ ਔਰ ਸੋਮਿਆ ਮਹਾਜਨ। ਮੇਰੇ ਹਸਬੈਂਡ ਹੁਣੇ ਰੀਸੈਂਟ ਐਕਸਪਾਇਰ ਹੋਏ ਆ। ਇੱਕ ਏਜੰਟ ਸੀਗਾ ਰਮਨ, ਉਹਨੇ ਸਾਡੇ ਕੋਲੋਂ ਲੈ ਆਰਡੀਆਂ ਲਈ ਪੈਸੇ ਅਸੀਂ ਉਹਨੂੰ ਦਿੰਦੇ ਸੀ ਡਿਪੋਜ਼ਿਟ ਕਰਾਉਣ ਲਈ ਗੁੱਡ ਫੇਥ 'ਤੇ ਕਿ ਤੂੰ ਸਾਡੇ ਪੈਸੇ ਲੈ ਜਾ ਡਿਪੋਜ਼ਿਟ ਕਰਵਾ ਦੇ। ਉਹ ਲੈ ਕੇ ਜਾਂਦਾ ਰਿਹਾ, ਪਰ ਜਦੋਂ ਅਸੀਂ ਚੈੱਕ ਕਰਵਾਇਆ ਉਹਨਾਂ ਆਰਡੀਆਂ 'ਚ ਪੈਸੇ ਨਹੀਂ ਸੀਗੇ। ਸਿਰਫ ਇੱਕੋ ਹੀ ਕਿਸ਼ਤ ਉਹਨੇ ਪਹਿਲੇ ਜਮ੍ਹਾਂ ਕਰਾਈ ਹੋਈ ਸੀ, ਅੱਗੇ ਨਹੀਂ ਸੀ। ਉਹ ਜਦੋਂ ਮੈਂ ਇਹਨੂੰ ਪੁੱਛਿਆ ਕਿ ਤੁਸੀਂ ਕਿਉਂ ਇੱਦਾਂ ਕੀਤਾ ਕੀ ਆ, ਉਹ ਕਹਿੰਦਾ ਉਹਨਾਂ ਨੇ ਪਤਾ ਬਾਅਦ 'ਚੋਂ ਚੱਲਿਆ ਕਿ ਉਹਨੇ ਸਾਰੀਆਂ ਫੇਕ ਐਂਟਰੀਜ਼ ਕੀਤੀਆਂ ਹੋਈਆਂ ਸੀ। ਔਰ ਜਿਹੜੇ ਪੈਸੇ ਡਿਪੋਜ਼ਿਟ ਹੈ ਸੀ ਸੇਵਿੰਗ, ਮੇਰੇ ਔਰ ਹਸਬੈਂਡ ਦੀ ਜੁਆਇੰਟ ਸੇਵਿੰਗ ਅਕਾਊਂਟ ਸੀ ਜਾਂ ਮੇਰੀ ਬੇਟੀਆਂ ਦੇ ਅਲੱਗ ਅਲੱਗ ਸੇਵਿੰਗ ਅਕਾਊਂਟ ਸੀ, ਜੋ ਮੈਂ ਲੈ ਕੇ ਗਈ ਉਹਨਾਂ 'ਚ ਈਚ ਕਾਪੀ 'ਚ 5,21,656 ਸੀ ਇੱਕ ਕਾਪੀ 'ਚ, ਯਾਨੀ ਕਿ 2 ਕਾਪੀ 'ਚ 11 ਲੱਖ ਸੀ। ਔਰ ਜੋ ਮੈਂ ਉੱਥੇ ਲੈ ਗਈ, ਇੱਕ 'ਚ 32,000 ਹੈ ਔਰ ਇੱਕ 'ਚ 24,000, ਔਰ ਸਾਰੀਆਂ ਵਿਦਡਰੋਲਸ ਐਂਟਰੀਆਂ ਪਈਆਂ ਹੋਈਆਂ। ਔਰ ਮੈਂ ਤਾਂ ਇਹ ਕਹਿੰਦੀ ਹਾਂ ਕਿ ਪੋਸਟ ਆਫਿਸ ਵਾਲਿਆਂ ਦੀ ਮਿਲੀ ਭਗਤ ਹੈ। ਮਿਸ਼ਨ ਰੋਡ ਵਾਲੀ ਬ੍ਰਾਂਚ 'ਤੇ ਗਈ ਸੀ ਮੈਂ, ਆਰਡੀਆਂ ਵੀ ਮਿਸ਼ਨ ਰੋਡ ਵਾਲੀਆਂ ਸੀ, ਉਹਨਾਂ ਦੀ ਮਿਲੀ ਭਗਤ ਹੈ। ਇੱਦਾਂ ਕੋਈ ਵੀ ਏਜੰਟ ਜਾਂ ਕੋਈ ਵੀ ਤੁਸੀਂ ਗੁੱਡ ਫੇਥ 'ਤੇ ਕਿਸੇ ਨੂੰ ਪੈਸੇ ਦੇ ਸਕਦੇ ਹੋ? ਇੱਦਾਂ ਨਹੀਂ ਦੇ ਸਕਦੇ ਨਾ। 50,000 ਤੋਂ 50,000 ਕੀ, ਤੁਸੀਂ 100 ਰੁਪਏ ਵੀ ਕਮਾਉਣ ਜਾਓ ਤਾਂ ਤੁਹਾਨੂੰ ਫਿਰ ਪਤਾ ਲੱਗ। ਬਿਲਕੁਲ, ਮੇਰੀਆਂ ਯੰਗ ਹੁਣ ਬੇਟੀਆਂ, ਮੇਰੇ ਹਸਬੈਂਡ ਵੀ ਐਕਸਪਾਇਰ ਹੋ ਗਿਆ, ਇਹੀ ਮੈਂ ਸਾਰੇ ਪੈਸੇ ਰੀਇਨਵੈਸਟ ਕੀਤੇ ਸੀ। 20 ਸਾਲ ਦੀ ਸਾਡੀ ਕਮਾਈ ਸੀ ਪੂਰੀ, ਉਧਰੋਂ ਏਜੰਟ ਉਹ ਲੈ ਗਿਆ। ਜੇ ਏਜੰਟ ਤਾਂ ਜਿਹੜਾ ਲੈ ਗਿਆ ਉਹ ਤਾਂ ਇੱਕ ਅਲੱਗ ਚੀਜ਼ ਹੈ। ਪੋਸਟ ਆਫਿਸ ਵਾਲਿਆਂ ਨੇ ਇੱਦਾਂ ਵਿਦਡਰੋਲ ਕਿੱਦਾਂ ਦਿੱਤੇ ਉਹਨਾਂ ਨੂੰ ਪੈਸੇ? ਦੇ ਸਕਦਾ ਕੋਈ ਇਸ ਤਰ੍ਹਾਂ ਪੈਸੇ? ਨਹੀਂ ਦੇ ਸਕਦਾ ਨਾ। ਉਹਦੀਆਂ 2 ਲੱਖ ਦੀਆਂ ਐਂਟਰੀਜ਼, 2.5 ਲੱਖ, 50,000, 75,000, ਮਤਲਬ ਕਿ ਹਰ ਐਂਟਰੀਜ਼ 50,000 ਤੋਂ ਉੱਪਰ ਹੈ। ਔਰ ਮੇਰੀਆਂ ਕਾਪੀਜ਼ ਘਰ ਸੀ, ਮੇਰੀਆਂ ਬੇਟੀਆਂ ਘਰ ਸੀ, ਉਹਨਾਂ ਨੇ ਕੋਈ ਪੈਸੇ ਵਿਦਡਰੋਲ ਨਹੀਂ ਕਰਾਏ, ਉਹਨਾਂ ਨੇ ਕਿਸੇ ਵਿਦਡਰੋਲ ਪੇਪਰ 'ਤੇ ਸਾਈਨ ਨਹੀਂ ਕੀਤਾ। ਤੁਹਾਡੇ ਵਰਗੇ ਹੋਰ ਕਿੰਨੇ ਲੋਕ ਹੈ ਜਿਹਨਾਂ ਨਾਲ ਠੱਗੀ? ਮੇਰੇ ਵਰਗੇ 20-22 ਲੋਕ ਹੈ, ਹੋਰ ਆ ਦੇਖੋ ਪਿੱਛੇ ਸਿੰਨੇ ਕਿੰਨੇ ਜਾਣੇ ਇੱਥੇ। ਔਰ ਸਾਰੇ ਲੱਗਦਾ ਇੱਦਾਂ ਸਾਰਾ, ਮਤਲਬ ਜੋ ਐਸਟੀਮੇਟ ਹੈ ਕਿ ਮਤਲਬ 3.5-4 ਕਰੋੜ ਐਟਲੀਸਟ 4 ਕਰੋੜ ਦਾ ਘੋਟਾਲਾ ਹੈਗਾ। 4 ਕਰੋੜ ਦਾ ਉਹਨੇ ਘੋਟਾਲਾ ਕੀਤਾ। ਅਸੀਂ MLA ਸਾਹਿਬ ਕੋ ਆਏ ਹਾਂ, ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ SSP ਨੂੰ ਮੈਂ ਦੇਵਾਂਗਾ, SSP ਨੂੰ ਰਿਕਮੈਂਡ ਕਰਕੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਉਹ ਸਾਰਾ ਮਤਲਬ ਜੋ ਵੀ ਆ, ਹੁਣ ਉਹਨਾਂ ਦਾ ਪੂਰਾ ਡਿਟੇਲ 'ਚ ਮੈਂ ਨਹੀਂ ਦੱਸ ਸਕਦੀ, ਉਹਨਾਂ ਨੇ ਪੂਰੀ ਗੱਲ ਸਾਡੇ ਨਾਲ ਕੀਤੀ ਔਰ ਆਸ਼ਵਾਸਨ ਦਿੱਤਾ ਕਿ ਤੁਸੀਂ ਉਹਨੂੰ ਕਹਾਂਗੇ ਔਰ ਅੱਗੇ ਉਹਦੀ ਕਾਰਵਾਈ ਕਰਕੇ ਉਹ ਸਾਡੇ ਨਾਲ ਸਾਥ ਦੇਣਗੇ, ਸਾਡਾ ਪੈਸੇ। ਮੇਰੇ ਵਰਗੇ ਕਈ ਐਸੇ ਲੋਕ ਹੈ ਜਿਨ੍ਹਾਂ ਦਾ ਉਹਨਾਂ ਨੇ ਫਰੋਡ ਕੀਤਾ ਹੈ। ਮੈਂ ਆਪਣਾ ਫਰੋਡ ਦੱਸ ਰਿਹਾ। ਮੇਰੀ ਮਿਸਿਜ਼ ਦੇ ਅਕਾਊਂਟ ਦੇ ਵਿੱਚ ਇਹ ਪਿਛਲੇ 1 ਮਹੀਨੇ ਦੇ ਵਿੱਚ 1.5 ਲੱਖ ਦੀ ਇੱਕ ਐਂਟਰੀ ਨਿਕਲੀ ਹੋਈ ਹੈ, ਕੈਸ਼ ਵਿਦਡਰਾ 50,000 ਦੀ ਇੱਕ ਐਂਟਰੀ ਨਿਕਲੀ ਹੋਈ ਹੈ। ਮੇਰੀ ਮਦਰ ਦਾ ਅਕਾਊਂਟ ਹੈ, ਉਹਦੇ ਉਹਨਾਂ ਦੀ ਕਾਪੀ ਦੇ ਵਿੱਚ ਰਮਨ ਜਿਹੜਾ ਏਜੰਟ ਹੈਗਾ, ਉਹਨੇ ਆਪਣੇ ਹੱਥ ਨਾਲ ਐਂਟਰੀਆਂ ਕੀਤੀ ਦੀਆਂ, 4-4 ਲੱਖ ਰੁਪਏ ਉਹਦੇ 'ਚ ਬੈਲੈਂਸ ਹੈਗਾ। ਜਦੋਂ ਮੈਂ ਸਟੇਟਮੈਂਟ ਕਢਵਾਈ ਹੈ ਪੋਸਟ ਆਫਿਸ ਦੇ ਵੱਡੇ ਆਫਿਸ ਤੋਂ, 1 'ਚ 87,000 ਰੁਪਇਆ ਬੈਲੈਂਸ ਹੈ, 1 'ਚ 24,000 ਰੁਪਇਆ ਬੈਲੈਂਸ ਹੈ, ਔਰ ਬਾਕੀ ਦਾ ਕੋਈ ਪਤਾ ਨਹੀਂ ਉਹ ਪੈਸਾ ਕਿੱਥੇ ਹੈ। ਕੀ ਲੱਗਦਾ ਇਹਦੇ ਵਿੱਚ ਏਜੰਟ ਦੇ ਨਾਲ ਨਾਲ ਪੋਸਟ ਆਫਿਸ ਦੇ ਅਧਿਕਾਰੀ ਵੀ ਸ਼ਾਮਿਲ ਨੇ? ਇਹ ਪੋਸਟ ਆਫਿਸ ਦੇ ਅਧਿਕਾਰੀ 100% ਸ਼ਾਮਿਲ ਹੈਗੇ ਆ। ਕਿਉਂ ਸ਼ਾਮਿਲ ਹੈਗੇ ਆ? ਕਿਉਂਕਿ ਅਸੀਂ ਜਦੋਂ ਵੀ ਉਹਨਾਂ ਕੋਲ ਜਾਂਦੇ ਹਾਂ ਉਹ ਸਾਨੂੰ ਕਹਿੰਦੇ ਕਾਪੀ ਲੈ ਕੇ ਆਓ, ਜੇ ਕਾਪੀ ਹੈਗੀ ਹੈ ਤਾਂ ਫਿਰ ਸਾਨੂੰ ਸਟੇਟਮੈਂਟ ਨਹੀਂ ਕੱਢ ਕੇ ਦਿੰਦੇ ਜੀ। ਫਿਰ ਜਦੋਂ ਅਸੀਂ ਉਹਨਾਂ ਨੂੰ ਧਮਕਾਇਆ ਉੱਥੇ ਜਾ ਕੇ, ਉੱਥੇ ਦੀ ਜਿਹੜੇ ਪੋਸਟ ਆਫਿਸ ਦਾ ਹੈੱਡ ਹੈ ਉਹਨਾਂ ਨੂੰ ਧਮਕਾਇਆ ਕਿ ਅਸੀਂ ਪੁਲਿਸ ਕੋਲ ਜਾ ਰਹੇ ਹਾਂ, ਅਸੀਂ ਮੀਡੀਆ ਦੇ ਵਿੱਚ ਜਾ ਰਹੇ ਹਾਂ, ਤਾਂ ਜਾ ਕੇ ਬੜੀ ਮੁਸ਼ਕਲ ਨਾਲ ਉਹਨਾਂ ਨੇ 2-3 ਦਿਨ ਬਾਅਦ ਸਾਨੂੰ ਸਟੇਟਮੈਂਟਾਂ ਦਿੱਤੀਆਂ ਹੈਗੀਆਂ। ਉਸ ਸਟੇਟਮੈਂਟਾਂ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਡੇ ਨਾਲ ਕਿੰਨਾ ਧੋਖਾ ਹੋਇਆ, ਕਿੱਡਾ ਵੱਡਾ ਫਰਾਡ ਹੋ ਚੁੱਕਿਆ ਹੋਇਆ। ਅੱਜ MLA ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ, ਕੀ ਤੁਹਾਨੂੰ ਆਸ਼ਵਾਸਨ ਦਿੱਤਾ ਨੇ? ਅੱਜ MLA ਮਾਨਣੀ MLA ਸਾਹਿਬ ਨਾਲ ਅਸੀਂ ਮਿਲੇ ਹੈਗੇ ਹਾਂ। ਉਹਨਾਂ ਨੇ ਬੜੀ ਆਸ਼ਾ ਬੰਦੀ ਹੈਗੀ ਹੈ ਸਾਡੇ ਕਿ ਅਸੀਂ ਤੁਹਾਡੇ ਨਾਲ ਹੈਗੇ ਹਾਂ, ਔਰ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਇਸ ਮੈਟਰ ਨੂੰ ਸੋਲਵ ਕਰਨਾ ਕੋਈ
एडा वड्डा घोटाला है क्योंकि जिस तरह हिंदू कोऑपरेटिव का घोटाला ही उस तरह ही ये घोटाला नज़र आ रहा है। तो इनू SSP साहब DC साहब ये सारे मिल के असी इनू इस मामले की तह तक जावांगे। जे पोस्ट ऑफिस वाले मिले हुए हैं तो पोस्ट ऑफिस वाले जिन्हें भी इनवॉल्व है उन्होंने सारे कट गए उन्होंने जे जो इनवॉल्व है उन्होंने सज़ा दी जाएगी। और ये MLA साहब कह रहे हैं कि मैं तुहाडा पूरा का पूरा साथ दांगा। एजेंट कितों का रहन वाला सी? एजेंट भदरोए का रहन वाला है जी पुरानी कचहरी है बैकसाइड भदरोए है उतों का रहन वाला है। और मेनली 80% लोगों के जो फ्रॉड किए भदरोए के ही है। इस संबंध में जो पत्रकारों वालों पठानकोट के विधायक अमित विज नाल गलबात की गई तो उन्होंने दसिया कि अज इस संबंध में लोग उन्होंने मिलन आए। धोखाधड़ी का शिकार हुए लोगों ने उन्होंने दसिया कि उन्होंने तो किश्त जमा करवाने पैसे लेंदा सी ते डाकघर में जमा ही नहीं सी करवाउंदा। इस नाल ही बहुत सारे लोगों की सहमति तो बिना उन्होंने खाते विचों पैसे कढ़वाए गए ने। मेरे को सारे लोग आए ने ते पहले तो गुडविल च उन्होंने पैसा देंदे रहे ने उन्होंने पेरेंट्स नूं भी ते इन्हां नूं भी कुछ फाइनली और पता नहीं कोई गल नहीं फाइनली और पता चलिया कि जो पैसा लेंदे रहे ने अगे जमा नहीं कराते रहे तो पोस्ट ऑफिस की मोहर वगैरह भी लगी दी है। इन्होंने पुलिस में केस दिता है। मैं हुणे SSP साहब नाल गल की है तो मंडे या ट्यूजडे SSP साहब न मिल रहे ने असी सब तो पहले तो जो फ्रॉड क्लीयर ही लग रहा मेरे उपर FIR जरूर रजिस्टर होएगी। और जे अरे अपने पोस्ट ऑफिस के कोई ऑफिसर उन्होंने इनवॉल्व है तो मैं इंश्योर करांगा रिक्वेस्ट करांगा कि उन्होंने भी इस घेरे च लिया जाए क्योंकि लोगों की हार्ड अर्न मनी है हजे शुरू होया फिर इन किसी ना किसी असी सिरे चढ़ावे ताकि लोगों का पैसा उन्होंने मिल सके। देखो जो इन्होंने मैंने बोली है इट इज़ रफली अराउंड 4 करोड़ जरा सारे का मिल के है और 5-5 साल तो उन्होंने पैसा दे रहे थे सारे मिल के तो गुडविल लोग कर देंगे ने शायद कई ने रिसीविंग ले दी है कई ने नहीं ले दी पर इंपोर्टेंट है जे पोस्ट ऑफिस पैसा जमा होया तो वह भी विड्रॉ होया इन्हों की मर्जी तो बिना और RBI के बेसिक गाइडलाइनस होंगे ने कि कोई भी अकाउंट से पैसा विड्रॉ होंगे एक लैवल तो ज़्यादा रजिस्टर्ड मोबाइल से फोन करके पूछा जाता है कि वह होया कि नहीं। वो सारा इनकुआरी से जो SSP साहब देखे तो केस रजिस्टर होएगा तो सारी पूछताछ सारी चीज़ा निकल आ। पठानकोट तो PBC न्यूज़ ले शमी सनोत्रा की रिपोर्ट।